वाहिगुरु जी का खालसा, वाहिगुरु जी की फतेह। स्टूडियो च मेरे नाल मौजूद ने ਵਾਹਿਗੁਰੂ ਜੀ। मदनदीप सिंह जी, ते असी इस वेले तुहाडे नाल गुड मॉर्निंग संगत दे विच हां। साडे नाल इस वेले कॉलर जुड़े ने दुसान जी। दुसान जी, सत श्री अकाल जी, तुहाडा स्वागत है जी। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ, ਹਰਕਿਰਤ ਸਿੰਘ ਬੱਲ ਐਂਡ ਮਦਨਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਬਹੁਤ ਤੁਹਾਡੀ ਮਿਹਰਬਾਨੀ ਜੀ। ਤੁਸੀਂ ਜਿਹੜਾ ਅੱਜ ਇਸ਼ੂ ਡਿਸਕਸ ਕਰ ਰਹੇ ਸੀ ਨਾ, ਗਲੋਬਲਾਈਜੇਸ਼ਨ ਨੂੰ ਅੰਗਰੇਜ਼ੀ ਚ ਕਹਿੰਦੇ ਜਾਂ ਨਿੱਜੀਕਰਨ ਦਾ, ਜੀ ਉਹ ਬੜਾ ਇੰਪੋਰਟੈਂਟ ਇਸ਼ੂ ਆ। ਉਹਦੇ ਬਾਰੇ ਮੈਂ ਇੱਕ ਦੋ ਮਿੰਟ ਦੇ ਵਿੱਚ ਦੱਸਣਾ ਚਾਹੁੰਦਾਗਾ ਜੀ ਕਿ ਇਹ ਅਸਲ ਦੇ ਵਿੱਚ ਜੇ ਅਸੀਂ ਇਹਦੇ ਸ਼ੁਰੂਆਤ ਚੱਲ ਜਾਈਏ ਇਹਨਾਂ ਦੇ ਪਿਛਲੀ ਸਦੀ ਦੇ ਵਿੱਚ ਸਰਮਾਇਆਦਾਰੀ ਢਾਂਚੇ ਦੀਆਂ ਦੋ ਵੱਡੀਆਂ ਜੰਗਾਂ ਹੋਈਆਂ ਆਪੋ ਆਪਣੀਆਂ ਮੰਡੀਆਂ ਦੀ ਖਾਤਰ। ਪਹਿਲੀ ਜੰਗ ਹੋਈ 1914 ਤੋਂ ਲੈ ਕੇ 17 ਦੇ ਵਿੱਚ, ਤੇ ਉਸ ਜੰਗ ਨੇ ਰੂਸ ਦੇ ਲੋਕਾਂ ਨੂੰ ਇਨਕਲਾਬ ਲੈਣ ਦਾ ਆਜ਼ਾਦ ਕਰਾ ਦਿੱਤਾ। ਸਤਿ ਸ਼੍ਰੀ ਅਕਾਲ ਜੀ। ਔਰ ਦੂਜੀ ਜੰਗ ਹੋਈ ਜਿਹੜੀ ਕਿ ਤੁਹਾਨੂੰ 1939 ਤੋਂ ਲੈ ਕੇ 45 ਤੱਕ, ਤੇ ਉਹਦੇ ਵਿੱਚ ਚੀਨ ਦੇ ਵਿੱਚ ਇਨਕਲਾਬ ਆ ਗਿਆ। ਹੁਣ ਇਹਨਾਂ ਸੋਚਿਆ ਵੀ ਜੇ ਮੁੜ ਕੇ ਅਸੀਂ ਆਪੋ ਹੀ ਦੀ ਮੰਡੀਆਂ ਤੋਂ ਲੜੇ ਤੇ ਫਿਰ ਹੋਰਨਾਂ ਕੋਈ ਮੁਲਕ ਆਜ਼ਾਦ ਹੋ ਜਾਏ, ਇੰਡੀਆ ਖਾਸ ਤੌਰ ਦੇ ਉੱਤੇ। ਫਿਰ ਇਹਨਾਂ ਨੇ ਇੱਕ ਮਾਰਗਰਟ ਥੈਚਰ ਨੇ 1979 ਦੇ ਵਿੱਚ ਇੱਕ ਨਵੀਂ ਚਾਲ ਚਲਾਈ ਕਿ ਮਤਲਬ ਕਿ ਜਿਹੜੇ ਆਪਸ ਵਿੱਚ ਦੀ ਲੜਨ ਦੀ ਬਜਾਏ ਗਲੋਬਲਾਈਜੇਸ਼ਨ ਦਾ ਢਾਂਚਾ ਸ਼ੁਰੂ ਕਰੋ, ਵੀ ਆਪੋ ਹੀ ਦੇ ਸੀ ਜਿਹੜੀਆਂ ਤਕੜੀਆਂ ਤਕੜੀਆਂ ਕੰਪਨੀਆਂ ਉਹ ਆਪਸ ਵਿੱਚ ਦੀ ਮਿਲ ਜੁਲ ਕੇ ਚੱਲਣ, ਉਹਦੇ ਸਰਟਨ ਅਸੂਲ ਬਣਾ ਲੈ ਜਾਣ, ਤੇ ਜਿਹਨਾਂ ਅਸੂਲਾਂ ਦੇ ਥੱਲੇ ਉਹ ਕੰਮ ਕਰਨ। ਔਰ ਉਹਨੇ ਇਹ ਵੀ ਕਿਹਾ ਕਿ ਸਰਵਾਈਵਲ ਆਫ ਦਾ ਫਿਟੈਸਟ, ਜਿਹੜਾ ਤਕੜਾ ਹੋਊਗਾ ਉਹ ਮਤਲਬ ਬਚ ਜਾਏਗਾ। ਔਰ ਹੋਇਆ ਉਹਦੇ ਚ ਓਵਰ ਨਾਈਟ, ਮੈਂ ਤੁਹਾਨੂੰ ਇੰਗਲੈਂਡ ਤੋਂ ਕਿਉਂਕਿ ਸ਼ੁਰੂ ਹੋਇਆ ਸੀਗਾ, ਓਵਰ ਨਾਈਟ ਕੌਂਸਲ ਦੇ ਵਰਕਰ, ਟਰਾਂਸਪੋਰਟ ਦੇ ਵਰਕਰ ਉਹ ਬੇਕਾਰ ਕਰ ਦਿੱਤੇ। ਔਰ ਅਗਲੇ ਦਿਨ ਉਹਨਾਂ ਨੂੰ ਕਿਹਾ ਤੁਸੀਂ ਨੌਕਰੀਆਂ ਤੇ ਆ ਜਾਓ, ਜਿੱਥੇ ਉਹਨਾਂ ਦੀ ਫਰਜ਼ ਕਰ ਲਓ 10 ਪਾਉਂਡ ਘੰਟੇ ਦੀ ਤਨਖਾਹ ਸੀ, ਉਹਨਾਂ ਨੂੰ ਕਿਹਾ 7 ਪਾਉਂਡ ਮਿਲਣਗੇ। ਔਰ ਜਿਹਦੇ ਨਾਲ ਇਹਨਾਂ ਨੇ ਸਰਮਾਏਦਾਰੀ ਢਾਂਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀਗੀ। ਔਰ ਖਾਸ ਤੌਰ ਦੇ ਉੱਤੇ ਗਲੋਬਲਾਈਜੇਸ਼ਨ, ਅੱਜ ਕੱਲ੍ਹ ਜੇ ਕੋਈ ਪੜ੍ਹਿਆ ਲਿਖਿਆ ਹੋਵੇ ਤਾਂ ਉਹ ਕਹੂਗਾ ਵੀ ਇਹ ਬਈ ਇੰਡੀਆ ਗਲੋਬਲਾਈਜੇਸ਼ਨ ਦੇ ਥੱਲੇ ਹੈਗਾ, ਕਿਉਂਕਿ ਇੰਡੀਆ ਦੇ ਵਿੱਚ ਗਲੋਬਲਾਈਜੇਸ਼ਨ ਪ੍ਰੋਫੈਸਰ ਆਪਣੇ ਮੋਹਨ ਸਿੰਘ ਨੇ ਸ਼ੁਰੂ ਕੀਤੀ ਸੀ, ਕਾਂਗਰਸ ਦਾ ਜਿਹੜਾ ਉਸ ਵੇਲੇ ਫਾਈਨੈਂਸ ਸੀਗਾ, ਤੇ ਉਸ 1991 ਦੇ ਵਿੱਚ। ਤੇ ਇਹ ਜਿਹੜੀਆਂ ਗਲੋਬਲਾਈਜੇਸ਼ਨ ਦੇ ਜਿਹੜੀਆਂ ਤਕੜੀਆਂ ਕੰਪਨੀ ਜਿੱਦਾਂ ਇੰਗਲੈਂਡ, ਜਰਮਨੀ ਔਰ ਅਮਰੀਕਾ, ਇਹ ਆਪਸ ਵਿੱਚ ਦੀ ਇਹਨਾਂ ਦਾ ਭੈਣ ਭਰਾਵਾਂ ਵਾਲਾ ਰਿਸ਼ਤਾ। ਲੇਕਿਨ ਜਿਹੜਾ ਮਾੜੇ ਦੇਸ਼ ਆ ਜਿੱਦਾਂ ਕਿ ਥਰਡ ਵਰਲਡ ਕੰਟਰੀ ਦੇ ਦੇਸ਼ ਆ, ਇਹ ਗਲੋਬਲਾਈਜੇਸ਼ਨ ਦੇ ਵਿੱਚ ਮਾਰ ਖਾ ਜਾਂਦੇ ਆ, ਕਿਉਂਕਿ ਇਹ ਟੈਕਨੋਲੋਜੀਕਲੀ ਉਹਨਾਂ ਦੇ ਬਰਾਬਰ ਨਹੀਂ ਹੁੰਦੇ। ਔਰ ਇਹਨਾਂ ਨੇ ਸਿਰਫ ਆਪਣਾ ਚੀਪ ਲੇਬਰ ਔਰ ਰਾ ਮਟੀਰੀਅਲ ਵੇਚਣਾ ਹੁੰਦਾ। ਔਰ ਅੱਜ ਸਾਡੇ ਮੁਲਕ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ, ਇਹ ਤਰਲੇ ਕੱਢਦੀਆਂ ਫਿਰਦੀਆਂ, ਸਾਡੇ ਲੋਕਾਂ ਨੂੰ ਦੱਸਦੇ ਹੈਗੇ ਕਿ ਵਿਕਾਸ ਵਿਕਾਸ ਵਿਕਾਸ। ਲੇਕਿਨ ਵਿਕਾਸ ਦੇ ਵਿਕਾਸ ਇਹਨਾਂ ਦਾ ਸਿਰਫ ਨਿਰਭਰ ਹੁੰਦਾ ਕਿ ਬਾਹਰੋਂ ਪੈਸਾ ਕਿਸ ਤਰ੍ਹਾਂ ਲੱਗੇ। ਜਦੋਂ ਬਾਹਰੋਂ ਪੈਸਾ ਲੱਗਣ ਦੀ ਗੱਲ ਹੁੰਦੀ ਹੈ ਤੇ ਉਹ ਇਹਨਾਂ ਤੇ ਸ਼ਰਤਾਂ ਲਾਉਂਦੇ ਨੇ। ਉਹ ਸ਼ਰਤਾਂ ਇਹ ਲਾਉਂਦੇ ਨੇ ਕਿ ਤੁਹਾਨੂੰ ਸਾਨੂੰ ਜਿਹੜੀ ਲੇਬਰ ਜਿਹੜੀ ਤੁਹਾਡੇ ਉਹ ਨਾ ਕੋਈ ਸਾਡਾ ਨੁਕਸਾਨ ਕਰੇ, ਨਾ ਮਤਲਬ ਲੇਬਰ ਨੂੰ ਕੋਈ ਹੱਕ ਨਾ ਹੋਵੇ, ਤੇ ਦੂਸਰਾ ਇਹ ਹੈਗਾ ਕਿ ਜਿਹੜਾ ਸਾਡਾ ਪੈਸਾ ਹੈਗਾ ਉਹ ਸਿਕਿਓਰ ਰਵੇ। ਇੱਥੋਂ ਤੱਕ ਕਿ ਜਦ ਗਲੋਬਲਾਈਜੇਸ਼ਨ ਸ਼ੁਰੂ ਹੋਈ, ਇੰਡੀਆ ਨੇ ਜਦੋਂ ਐਦ ਕੀਤਾ ਇਹਨਾਂ ਦੇ ਨਾਲ, ਤੇ ਬੰਗਾਲ ਦੇ ਵਿੱਚ ਉਸ ਵੇਲੇ ਇੱਕ ਸੋਧਵਾਦੀਆਂ ਦੀ ਸਰਕਾਰ ਸੀਗੀ, CPIM ਦੀ, ਜੋਤੀ ਬਾਸੂ, ਤੇ ਬੰਗਾਲ ਦੇ ਵਿੱਚ ਅਮਰੀਕਾ ਕਵੇ ਵੀ ਮੈਂ ਇੱਥੇ ਪੈਸਾ ਨੀ ਲਾਉਣਾ, ਵੀ ਇਹ ਕਮਿਊਨਿਸਟ ਆ, ਕਮਿਊਨਿਸਟ ਹੈ ਨੀ ਸੀ। ਤੇ ਜੋਤੀ ਬਾਸੂ ਨੇ ਖੁਦ ਸਟੇਟਮੈਂਟ ਦਿੱਤੀ ਜਾਂ ਸ਼ਾਇਦ ਅਮਰੀਕਾ ਗਿਆ ਕਿ ਤੁਸੀਂ ਸਾਡੇ ਬੰਗਾਲ ਚ ਪੈਸਾ ਲਾਓ, ਅਸੀਂ ਇੱਥੇ ਕੋਈ ਹੜਤਾਲ ਨੀ ਕਰਨ ਦੇਵਾਂਗੇ, ਅਸੀਂ ਇੱਥੇ ਕੋਈ ਮਤਲਬ ਤੁਹਾਡੇ ਪੈਸੇ ਦਾ ਨੁਕਸਾਨ ਨੀ ਹੋਗਾ। ਸੋ ਇਸ ਕਰਕੇ ਇੱਕ ਸਰਮਾਏਦਾਰੀ ਢਾਂਚੇ ਨੂੰ ਬਚਾਉਣ ਦੀ ਖਾਤਰ ਇਹ ਗਲੋਬਲਾਈਜੇਸ਼ਨ ਜਾਂ ਨਿੱਜੀਕਰਨ। ਲੇਕਿਨ ਇੱਕ ਚੀਜ਼ ਦਾ ਸਾਡੇ ਲੋਕਾਂ ਨੂੰ ਇੱਥੇ ਭੁਲੇਖਾ ਹੈਗਾ ਕਿ ਇਹ ਗਲੋਬਲਾਈਜ਼ ਸਿਰਫ ਇਹ ਸਿਰਫ ਆਪਣੀਆਂ ਜਿਹੜੇ ਅੰਡਾਨੀ ਅੰਬਾਨੀ ਦੇ ਫਾਇਦੇ ਲਈ ਨਹੀਂ ਹੈਗਾ, ਇਹ ਜਿਹੜੀਆਂ ਇੰਟਰਨੈਸ਼ਨਲ ਹੈਗੀਆਂ ਨਾ ਮਲਟੀਨੈਸ਼ਨਲ ਕੰਪਨੀ, ਉਹਨਾਂ ਦੀਆਂ ਵੀ ਸ਼ਰਤਾਂ ਨੇ ਇਹਦੇ ਤੇ ਕਿ ਤੁਹਾਨੂੰ ਇੱਥੇ ਅਸੀਂ ਪੈਸਾ ਤਦ ਹੀ ਲਾਉਣਾ ਕਿ ਜੇ ਕੋਈ ਵਰਕਰ ਦਾ ਕੋਈ ਹੱਕ ਨਾ ਹੋਵੇ ਔਰ ਸਾਡਾ ਪੈਸਾ ਜਿਹੜਾ ਉਹ ਸਿਕਿਓਰ ਹੋਵੇ ਔਰ ਕੋਈ ਵੀ ਤੁਹਾਡਾ ਕਾਨੂੰਨ ਜਿਹੜਾ ਹੈਗਾ ਸਾਡੇ ਪੈਸੇ ਨੂੰ ਠੇਸ ਨਾ ਪਹੁੰਚਾਵੇ। ਸੋ ਇਸ ਕਰਕੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਔਰ ਕਿਸਾਨਾਂ ਨੂੰ ਮੈਂ ਵਧਾਈ ਦਿੰਦਾ ਹੈਗਾ ਕਿ ਉਹ ਇੱਕ ਇਹ ਹੈਗਾ ਕਿ ਜਿੱਦਾਂ ਕਹਿੰਦੇ ਨਾ ਇਹ ਮੋਦੀ ਨੇ ਜਿੱਦਾਂ ਕਹਿੰਦੇ ਚੂ ਟੂ ਵਿੱਚ ਹੀ ਕਾਂਡ ਸਵਾਲੋ ਨਾ ਹੋ, ਕਿਉਂਕਿ ਇਹ ਬਹੁਤ ਵੱਡੀ ਉਹਨੇ ਕੀਤੀ ਗੱਲ ਕਿ ਕਿਸਾਨਾਂ ਦੀ ਸਾਰੀ ਜ਼ਮੀਨ ਹੀ ਜਿਹੜੀ ਆ ਹੜੱਪ ਕਰਨ ਦੀ, ਤੇ ਇਹਦੇ ਨਾਲ ਮੁਲਕ ਦੇ ਲੋਕ ਜਿਹੜੇ ਹੈਗੇ ਉਹ ਸਮਝ ਗਏ, ਲਾਮਬੰਦ ਹੋ ਗਏ। ਪਰ ਫਿਰ ਵੀ ਇੱਕ ਦੁੱਖ ਵਾਲੀ ਗੱਲ ਆ ਗਈ ਕਿ ਪੰਜਾਬ ਦੇ ਵਿੱਚ ਕੁਝ ਧਰਮ ਦੇ ਨਾਂ ਥੱਲੇ ਉਹਨਾਂ ਦੀ ਲੱਤਾਂ ਖਿੱਚ ਰਿਹਾ, ਪਰ ਕੋਲ ਇੰਨਾ ਵੱਧ ਰਿਹਾ ਕਿ ਉਹਨਾਂ ਦਾ ਅਸਰ ਕੋਈ ਨੀ ਹੋਏਗਾ। ਔਰ ਤੁਹਾਡਾ ਪ੍ਰੋਗਰਾਮ ਜਿੱਦਾਂ ਨਾ ਮੈਂ ਇਹਨੂੰ ਦੱਸ ਦਿੰਦਾਗਾ ਔਰ ਬਹੁਤ ਹੀ ਅੱਛਾ ਪ੍ਰੋਗਰਾਮ, ਮੈਂ ਸੁੱਖ ਮੰਗਦਾ ਕਿ ਤੁਹਾਡੀ ਜੀ। ਦਸਾਂਝ ਜੀ, ਜਿਹੜੇ ਮੌਜੂਦਾ ਹਾਲਾਤ ਉਹਨਾਂ ਤੇ ਗੱਲਬਾਤ ਕਰਨ ਲਈ ਤੇ ਇਤਿਹਾਸਿਕ ਤੱਥਾਂ ਦੀ ਜਾਣਕਾਰੀ ਦੇਣ ਲਈ ਧੰਨਵਾਦ। ਉਮੀਦ ਹੈ ਤੁਸੀਂ ਜੁੜੇ ਰਹੋਗੇ ਜੀ। ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ ਜੀ।
जे गल करिए इन्हां ते गल दे नाल भी मैं चाहांगा तुसीं कोई अपनी गल देखो, रखो इन्होंने बड़ी एक इंपॉर्टेंट गल कही है कि सिर्फ ये अडानी अदानी नहीं मल्टीनेशन कंपनियां दे जिहड़े होर आ, यानी कि जिहड़ी ग्लोबल जिहड़ी आपां पहला भी गल कर रहे सी कि मामला सिर्फ हिंदुस्तान दे अमीरां तक सीमित नहीं हैगा, ये एक उपर जिहड़ा एक गठजोड़ हैगा अमीरां दा, ਉਹ ਸਾਰਾ ਗੱਠਜੋੜ ਇਹਦੇ ਪਿੱਛੇ ਉਹ ਉਹਨਾਂ ਦੀਆਂ ਸ਼ਰਤਾਂ ਹੈਗੀਆਂ ਆ। ਔਰ ਬਿਲਕੁਲ ਸਹੀ ਕਹਿ ਰਿਹਾ, ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਵੀ ਜਿਹੜਾ ਇਹ ਕਰੋਨਾ ਕਾਲ ਸੀ ਜਦੋਂ ਇਹਨਾਂ ਨੇ ਖੇਤੀ ਕਾਨੂੰਨ ਬਣਾਏ ਆ ਜੀ, ਉਹਨਾਂ ਦਿਨਾਂ ਦੇ ਦੌਰਾਨ ਹੀ ਜਿਹੜੇ ਲੇਬਰ ਕਾਨੂੰਨ ਸੀ ਉਹ ਇਸ ਸਰਕਾਰ ਨੇ ਉਹ ਸਾਰੇ ਤਹਿਸ ਨਹਿਸ ਕਰਕੇ ਤੇ ਜਿਹੜੇ ਅਧਿਕਾਰ ਸੀ ਜਿਹੜੇ ਲੇਬਰ ਨੂੰ ਅਧਿਕਾਰ ਸੀਗੇ ਉਹ ਸਾਰੇ ਖੋ ਲਏ ਸੀ। ਕੋਈ ਹੜਤਾਲ ਨਹੀਂ ਕਰ ਸਕਦਾ ਇਸ ਵੇਲੇ, ਕੋਈ ਜਿਹੜਾ ਮਜ਼ਦੂਰ ਆ ਜਾਂ ਮੁਲਾਜ਼ਮ ਆ ਫੈਕਟਰੀਆਂ ਦਾ, ਕੋਈ ਜਾ ਕੇ ਦਰਵਾਜ਼ਾ ਕੋਰਟ ਦਾ ਨਹੀਂ ਖੜਕਾ ਸਕਦਾ, ਅਦਾਲਤ ਵਿੱਚ ਨਹੀਂ ਜਾ ਸਕਦਾ ਆਪਣੇ ਮਾਲਕ ਦੇ ਖਿਲਾਫ। ਸੋ ਇਹ ਕਾਨੂੰਨ ਬਿਲਕੁਲ ਇਹ ਸਹੀ ਕਹਿ ਰਿਹਾ, ਜਿਹੜੀ ਇਹ ਗੱਲ ਕਹਿ ਰਿਹਾ ਉਹ ਤਾਂ ਹੋ ਚੁੱਕਿਆ ਹਿੰਦੁਸਤਾਨ ਦੇ ਵਿੱਚ ਜੀ। ਇਹ ਸ਼ਰਤ ਜਿਹੜੀ ਹੈਗੀ ਹੈ ਇਹ ਉਸੇ ਕਾਰਪੋਰੇਟ ਘਰਾਣਿਆਂ ਦੀ ਹੈ ਜਿਹੜੇ ਸਿਰਫ ਇੰਡੀਆ 'ਚ ਨਹੀਂ ਹੈਗੇ, ਇਹ ਸਾਰੇ ਸਾਰੇ ਦੇਸ਼ਾਂ ਦੇ ਸਾਂਝੇ ਆ, ਜਾਂ ਅਮੈਰੀਕਾ ਆ, ਚਾਹੇ ਯੂਰਪ ਹੈਗਾ, ਚਾਹੇ ਇੰਡੀਆ ਆ, ਇਹ ਸਾਰਿਆਂ ਪਾਸੋਂ ਜਿਹੜੀਆਂ ਸ਼ਰਤਾਂ ਜਿਹੜੀਆਂ ਸਾਂਝੀਆਂ ਬਣਾਈਆਂ ਗਈਆਂ ਰਲ ਮਿਲ ਕੇ ਬੈਠ ਕੇ, ਕਿਉਂਕਿ ਜਿਹੜੇ ਕਾਰਪੋਰੇਟ ਹੈ ਜਿਹੜੇ ਅਮੀਰ ਘਰਾਣੇ ਆ ਉਹਨਾਂ ਦੇ ਹਿੱਤ ਸਾਂਝੇ ਆ ਜੀ। ਜਿਸ ਤਰ੍ਹਾਂ ਇੱਕ ਮਜ਼ਦੂਰ ਦੁਨੀਆ ਭਰ ਦਾ ਮਜ਼ਦੂਰ ਆ, ਚਾਹੇ ਹਿੰਦੁਸਤਾਨ ਦਾ, ਚਾਹੇ ਯੂਰਪ ਦਾ, ਅਮਰੀਕਾ ਦਾ ਹੈ, ਜਿਵੇਂ ਉਹਨਾਂ ਦੇ ਹਿੱਤ ਸਾਂਝੇ ਆ, ਇਸੇ ਤਰ੍ਹਾਂ ਅਮੀਰ ਘਰਾਣੇ ਦੇ ਆਪਣੇ ਹਿੱਤ ਸਾਂਝੇ ਆ, ਤੇ ਉਹ ਹਿੱਤ ਜਿਹੜੇ ਜਿਹੜੀ ਉਹ ਉਹਨਾਂ ਹਿੱਤਾਂ ਵਾਲੀ ਜਿਹੜੀ ਸ਼ਰਤਾਂ ਜਾਂ ਗੱਲਾਂ ਆ ਉਹ ਜਿਹੜਾ ਅਡਾਨੀ ਪਰਿਵਾਰ ਕਰ ਰਿਹਾ ਹੋਏਗਾ ਉਹ ਅਮਰੀਕਾ ਦੇ ਵਿੱਚ ਬੈਠੇ ਜਿਹੜੇ ਹੈਗੇ ਉਹ ਵੀ ਉਹੀ ਕਰ ਰਹੇ ਹੋਣਗੇ, ਜਿਹੜੇ ਉਹ ਜਪਾਨ 'ਚ ਬੈਠੇ ਉਹ ਵੀ ਇਹੀ ਕਰ ਰਹੇ ਹੋਣਗੇ, ਤੇ ਜਿਹੜੇ ਜਰਮਨ 'ਚ ਬੈਠੇ ਉਹ ਵੀ ਇਹੀ ਕਰ ਰਹੇ ਹੋਣਗੇ। ਸੋ ਇਹ ਗੱਲਾਂ ਬਿਲਕੁਲ ਇਹਨਾਂ ਨੇ ਸਹੀ ਕਹੀਆਂ ਆ, ਮੈਂ ਬਿਲਕੁਲ ਇਹਨਾਂ ਨਾਲ ਸਹਿਮਤ ਹੈਗਾ ਹਾਂ। ਔਰ ਇਹਦੇ ਲਈ ਸੁਚੇਤ ਰਹਿਣ ਦੀ ਲੋੜ ਹੈਗੀ ਹੈ, ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ, ਇਹਦੇ ਲਈ ਸ਼ਾਇਦ ਸਾਨੂੰ ਹਿੰਦੁਸਤਾਨ ਦੇ ਵਿੱਚ ਅੱਗੇ ਜਾ ਕੇ ਵੱਡੇ ਅੰਦੋਲਨ ਦੇਖਣ ਨੂੰ ਮਿਲਣਗੇ ਜਿਹਦਾ ਅਸੀਂ ਵੀ ਹਿੱਸਾ ਬਣਾਂਗੇ, ਜਿਵੇਂ ਹੁਣ ਵੀ ਅਸੀਂ ਇੱਕ ਤਰ੍ਹਾਂ ਨਾਲ ਬਣੇ ਹੋਏ ਹਾਂ ਜੀ। ਇਹ ਸਾਰਿਆਂ ਨੂੰ ਹਿੱਸੇਦਾਰੀ ਪਾਉਣੀ ਪੈਣੀ ਹੈ ਜੀ। ਮਦਨਦੀਪ ਸਿੰਘ ਜੀ, ਗੱਲ ਇਸ ਦੇ ਨਾਲ ਹੀ ਜੁੜਦੀ ਹੈ, ਜਿਵੇਂ ਪਾਲ ਸਿੰਘ ਨੇ ਸਵਾਲ ਪੁੱਛਿਆ ਸੀ ਸਾਨੂੰ ਕਿ ਜਿਵੇਂ ਜੀਓ ਦੇ ਸਿਮਾਂ 'ਤੇ ਵੀ ਜ਼ੋਰ ਦਿੱਤਾ ਜਾਂਦਾ ਅਤੇ ਕਿਸਾਨਾਂ ਦੇ ਹੱਕ ਦੀ ਵੀ ਗੱਲ ਕੀਤੀ ਜਾਂਦੀ, ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜੀ ਤੁਸੀਂ ਹਿੱਤਾਂ ਅਤੇ ਸ਼ਰਤਾਂ ਦੀ ਗੱਲ ਕੀਤੀ ਆ ਉਸ ਨਾਲ ਸੰਬੰਧਿਤ ਗੱਲ ਹੈ ਜਾਂ ਕੋਈ ਹੋਰ ਕਾਰਨ ਹੈ? ਦੇਖੋ ਇੱਕੋ ਹੀ ਗੱਲ ਹੈ ਨਾ, ਗੱਲ ਇਹ ਹੈਗੀ ਹੈ ਵੀ ਕਿਸਾਨਾਂ ਦੇ ਹਿੱਤਾਂ ਦੀ ਗੱਲ ਤਾਂ ਕੋਈ ਨਹੀਂ ਕਰ ਰਿਹਾ ਜੀ, ਬਿਲਕੁਲ ਕੋਈ ਨਹੀਂ ਕਰ ਰਿਹਾ। ਠੀਕ ਹੈ, ਭਾਰਤੀ ਜਨਤਾ ਪਾਰਟੀ ਦੇ ਅੰਦਰ ਇਸ ਵੇਲੇ ਬਹੁਤ ਹਲਚਲ ਪੈਦਾ ਹੋ ਚੁੱਕੀ ਹੋਈ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਜੇ ਅਸੀਂ ਗੱਲ ਕਰੀਏ ਤਾਂ ਤੁਸੀਂ ਸੱਤਿਆਪਾਲ ਮਲਿਕ ਦੀ ਅਸੀਂ ਗੱਲ ਕੀਤੀ ਸੀ, ਜਿਹੜੇ ਕਿ ਇਸ ਵੇਲੇ ਮੇਘਾਲਿਆ ਦੇ ਗਵਰਨਰ ਨੇ, ਜਿਹੜੇ ਜੰਮੂ ਕਸ਼ਮੀਰ ਦੇ ਵੀ ਰਹੇ ਆ ਜੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਤਰ੍ਹਾਂ ਦੇ ਕਾਨੂੰਨਾਂ ਦੇ ਉਹ ਖਿਲਾਫ ਨੇ, ਉਹ ਬੜੇ ਵੱਡੇ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਰਹੇ ਹੋਏ ਆ। ਉਹਨਾਂ ਨੇ ਕਿਹਾ ਕਿ ਤੁਸੀਂ ਗੱਲਬਾਤ ਕਰੋ, ਜੇ ਤੁਸੀਂ ਕਿਸਾਨਾਂ ਨੂੰ ਬਿਨਾਂ ਕੁਛ ਦਿੱਤੇ ਘਰ ਵਾਪਸ ਜਾਣ ਲਈ ਤਿਆਰ ਕਰੋਗੇ ਤਾਂ ਜਿਹੜੇ ਸਿੱਖ ਆ, ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਸਿੱਖਾਂ ਦਾ ਵਿੱਚ ਨਾਂ ਲਿਆ ਆ ਜੀ, ਕਿ ਸਿੱਖ 300 ਸਾਲ ਤੱਕ ਗੱਲ ਨਹੀਂ ਭੁੱਲਦੇ। ਮਤਲਬ ਹੈ ਕਿ ਇਹਦਾ ਮਤਲਬ ਇਹ, ਰਾਜਨਾਥ ਸਿੰਘ ਨੇ ਵੀ ਕਿਹਾ ਕਿ ਗੱਲਬਾਤ ਕਰਨ ਦੀ ਜ਼ਰੂਰਤ ਹੈਗੀ ਆ ਜੀ। ਸੋ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਅੰਦਰ ਜਿਹੜੇ ਇੱਕ ਡਰ, ਜਿਹੜਾ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਇਸ ਅੰਦੋਲਨ ਨੇ, ਕਿਸਾਨਾਂ ਦੇ ਅੰਦੋਲਨ ਨੇ, ਇਹ ਵੀ ਮੋਦੀ ਸਾਹਿਬ ਜਿਹੜੇ ਪ੍ਰਧਾਨ ਮੰਤਰੀ ਉਹਨਾਂ 'ਤੇ ਪ੍ਰੈਸ਼ਰ ਬਣਾਉਣਗੇ। ਸੋ ਇਸ ਤਰ੍ਹਾਂ ਦਾ ਜਿਹੜਾ ਮਾਮਲਾ ਹੈਗਾ ਹਿੱਤਾਂ ਦੀ, ਤਾਂ ਗੱਲ ਕਿਸਾਨਾਂ ਦੇ ਹਾਲੇ ਤੱਕ ਜਿਹੜੇ ਇਸ ਤਰ੍ਹਾਂ ਦੀ ਆਵਾਜ਼ਾਂ ਉੱਠ ਰਹੀਆਂ ਅੰਦਰੋਂ ਜਿਹੜੀ ਸਰਕਾਰ ਦੇ ਅੰਦਰੋਂ, ਪਰ ਜਿਹੜਾ ਜੀਓ ਦਾ ਮਾਮਲਾ ਹੈਗਾ, ਜੀਓ ਤੁਹਾਨੂੰ ਪਤਾ ਨਾ ਜਦੋਂ ਜੀਓ ਲਾਂਚ ਕੀਤਾ ਗਿਆ ਸੀ ਉਦੋਂ ਪ੍ਰਧਾਨ ਮੰਤਰੀ ਖੁਦ ਇੱਕ ਅੰਬੈਸਡਰ ਦੀ ਤਰ੍ਹਾਂ ਪੇਸ਼ ਆਏ ਸੀ, ਤੇ ਇਸ ਵੇਲੇ ਜੇ ਸਰਕਾਰੀ ਜਿਹੜੇ ਅਰਧ ਸਰਕਾਰੀ ਅਦਾਰੇ ਨੇ, ਬਿਜਲੀ ਬੋਰਡ ਜਿਹੜਾ ਹੈਗਾ ਅੱਜ ਕੱਲ੍ਹ ਅਰਧ ਸਰਕਾਰੀ ਅਦਾਰਾ ਆ, ਜੇ ਉਹਨਾਂ ਨੂੰ ਇਹ ਮਜਬੂਰ ਕੀਤਾ ਜਾ ਰਿਹਾ ਉੱਥੇ ਮੁਲਾਜ਼ਮਾਂ ਨੂੰ, ਜਿਨ੍ਹਾਂ ਕੋਲ ਸਰਕਾਰੀ ਜਿਹੜੇ ਕੰਟੈਕਟ ਹੈਗੇ ਆ, ਜਿੱਥੇ ਤੁਸੀਂ ਆਪਣੀ ਕੰਪਲੇਂਟ ਲਿਖਾਉਂਦੇ ਹੋ, ਆਪਣੀਆਂ ਸਮੱਸਿਆਵਾਂ ਦੱਸਦੇ ਹੋ ਬਿਜਲੀ ਮੁਲਾਜ਼ਮਾਂ ਨੂੰ, ਚਾਹੇ SDO ਹੋਵੇ, ਚਾਹੇ JEE ਹੋਵੇ, ਚਾਹੇ ਉਸ ਤੋਂ ਵੀ ਛੋਟਾ ਅਧਿਕਾਰੀ ਹੋਵੇ, ਉਹ ਇਹਨਾਂ ਨੇ ਕਿਹਾ BSNL ਦੇ ਨੰਬਰ ਬੰਦ ਕਰਕੇ ਤੁਸੀਂ ਜੀਓ ਦੇ ਨੰਬਰ ਲਓ, ਜਾਂ ਉਹਨਾਂ ਨੇ ਇਹ ਕਿਹਾ ਕਿ ਜੀਓ ਦੇ ਵਿੱਚ ਤਬਦੀਲ ਕਰਾਓ ਸਾਰੇ ਨੰਬਰ। ਮਨਦੀਪ ਸਿੰਘ ਜੀ, ਮੈਂ ਰੋਕਣਾ ਚਾਹਾਂਗਾ ਜੀ, ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦਿਓ, ਜਿਹੜਾ ਇਹ ਫਰਮਾਨ ਹੈ ਕੇਂਦਰ ਸਰਕਾਰ ਦਾ ਜਾਂ ਪੰਜਾਬ ਸਰਕਾਰ ਦਾ? ਦੇਖੋ ਇਹ ਸਰਕਾਰ ਜਿਹੜੇ ਇਹ ਫਰਮਾਨ ਹੈਗੇ ਆ ਇਹ ਕੇਂਦਰ ਸਰਕਾਰ ਵੱਲੋਂ ਆਏ ਹੋਣੇ ਆ ਜੀ, ਠੀਕ ਹੈ ਨਾ, ਫਰਮਾਨ ਤਾਂ ਕੇਂਦਰ ਸਰਕਾਰ ਵੱਲੋਂ ਆਏ ਹੋਣੇ ਆ ਜੀ, ਪਰ ਲਾਗੂ ਜਿਹੜੇ ਹੈਗੇ ਜੇ ਪੰਜਾਬ ਦੇ ਵਿੱਚ ਲਾਗੂ ਹੋ ਰਿਹਾ ਤਾਂ ਪੰਜਾਬ ਸਰਕਾਰ ਇਹਦੇ ਲਈ ਲਾਗੂ ਕਰ ਰਹੀ ਹੈ, ਸਮੱਸਿਆ ਇਹ ਵੀ ਹੈ ਨਾ ਜੀ। ਇਹਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਅਸੀਂ ਪਹਿਲਾਂ ਵੀ ਗੱਲ ਕੀਤੀ ਸੀ, ਬੇਸ਼ੱਕ ਇਹਦੇ ਵਿੱਚ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ, ਇਹ ਸਾਰੇ ਇੱਕੋ ਚੱਟੇ ਪੱਟੇ ਆ, ਇਹ ਇੱਕੋ ਹੀ ਚੀਜ਼ ਹੈਗੀ, ਇਹਨਾਂ ਦੀ ਕੋਈ ਵਿਚਾਰਧਾਰਾ ਵੱਖਰੀ ਨਹੀਂ ਹੈਗੀ ਰਾਜਨੀਤਿਕ ਤੌਰ 'ਤੇ, ਸਿਰਫ ਕੁਰਸੀਆਂ ਹਥਿਆਉਣ ਲਈ ਲੋਕਾਂ ਨੂੰ ਝੂਠ ਬੋਲ ਸਕਦੇ ਆ। ਜਿਹੜੇ ਕਾਨੂੰਨ ਦੀ ਗੱਲ ਕਰ ਰਿਹਾ ਸੀ ਇਹਨਾਂ ਨੇ ਵੀ ਦੁਸਾਂਝ, ਉਹਨਾਂ ਨੇ ਵੀ ਗੱਲ ਕੀਤੀ ਹੈ, ਜਿਹੜੇ ਖੇਤੀ ਕਾਨੂੰਨ ਆ, ਖੇਤੀ ਕਾਨੂੰਨ ਕੋਈ ਅੱਜ ਤਾਂ ਨਹੀਂ ਹੋਂਦ ਵਿੱਚ ਆਏ, ਇਹ 1991
तो जिहड़े चलदे आ रहे आ नरसिम्हा सरकार वेले भी इन्हां ने लागू कर देने सी, कांग्रेस ने लागू कर देने सी, पर उन्हां दे वस दी नहीं चली क्योंकि उदों इन्हां कोल सरकार मजबूत नहीं सी, सरकार कमजोर सी, केंद्र दे विच ਇਹ ਲਾਗੂ ਨਹੀਂ ਕਰ ਸਕੇ। ਡਾਕਟਰ ਮਨਮੋਹਨ ਸਿੰਘ ਜੀ ਤਾਂ ਸਾਰਾ ਕੁਛ ਲੈ ਕੇ ਆਏ ਸੀ ਨਾ, ਸੋ ਇਸ ਕਰਕੇ ਇਹਨਾਂ ਦੇ ਕੋਈ ਜਿਹੜੇ 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 ਲੋਕਾਂ ਦੇ ਹਿੱਤਾਂ ਦੀ ਗੱਲ ਕੋਈ ਵੀ ਨਹੀਂ ਕਰਨ ਵਾਲਾ ਇਹਨਾਂ ਦੇ ਵਿੱਚੋਂ, ਇਹ ਤਾਂ ਸਿਰਫ ਕੁਰਸੀ ਇੱਥੇ ਆਉਣ ਵਾਸਤੇ ਆ। 5 ਸਾਲ ਕੈਪਟਨ ਨੇ ਕੀਤਾ ਕੀ ਹੈ, ਪਰ ਫਿਰ ਲੱਗਦਾ ਕਿ ਜਿਵੇਂ ਸਰਕਾਰ ਬਣਾ ਜਾਣਗੇ ਉਹ, ਕਿਉਂਕਿ ਕਿਸਾਨਾਂ ਦਾ ਅੰਦੋਲਨ ਜਿਹੜਾ ਹੈਗਾ ਉਹਦਾ ਫਾਇਦਾ ਲੈ ਰਹੇ ਆ। ਅਕਾਲੀ ਦਲ ਜਿਹੜੇ ਆ ਉਹ ਨਿਸ਼ਾਨੇ 'ਤੇ ਆ ਗਏ। ਅਕਾਲੀ ਦਲ 5 ਸਾਲ ਹੋ ਸਕਦਾ ਅਗਲੇ 5 ਸਾਲਾਂ ਨੂੰ ਫਿਰ ਅਕਾਲੀ ਦਲ ਆ ਜਾਵੇ, ਹਾਲੇ ਤੱਕ ਤਾਂ ਕੋਈ ਲੱਗਦਾ ਹੀ ਨਹੀਂ। ਪੰਜਾਬ ਦਾ ਸੁਭਾਅ ਹੀ ਅਜੀਬ ਜਿਹਾ ਬਣਾਇਆ ਹੋਇਆ, ਇੱਕ ਤਾਂ ਧਰਮ ਨੇ ਪੰਜਾਬ ਨੂੰ ਬੜਾ ਬੇੜਾ ਗਰਕ ਕੀਤਾ ਹੋਇਆ, ਲੋਕ ਜੁੜੇ ਹੋਏ ਆ, ਰਾਜਨੀਤੀ 'ਚ ਵੱਖਰੀ ਕਰਦੇ ਤਾਂ ਵੱਧ ਜਾਂਦੇ। ਇਸ ਵੇਲੇ ਇਹਨਾਂ ਨੂੰ ਐਵੇਂ ਪਿੱਛੇ ਲਾ ਲੈਂਦੇ ਆ ਧਰਮ ਦਾ ਨਾਂ ਲੈ ਕੇ। ਨਹੀਂ ਤਾਂ ਹੁਣ ਇਹ ਚਾਹੀਦਾ ਸੀ ਕਿ ਪੰਜਾਬ ਦੇ ਵਿੱਚ ਕੋਈ ਨਵੀਂ ਰਾਜਨੀਤਿਕ ਕੋਈ ਉਭਾਰ ਦੇਖਣ ਨੂੰ ਮਿਲਦਾ। ਸਾਡੇ ਕੋਲ ਬੜੇ ਪੜ੍ਹੇ ਲਿਖੇ ਸਿਆਣੇ ਨੌਜਵਾਨ ਹੈਗੇ ਆ, ਕੋਈ ਨਵੀਂ ਕਿਸਮ ਦੀ ਰਾਜਨੀਤੀ ਆਉਂਦੀ, ਇਹ ਜਿਹੜੇ ਜਿਹੜੇ ਪਿਤਰੀ ਰਾਜਨੀਤੀ ਕਰੀ ਜਾਂਦੇ ਆ, ਇਹਨਾਂ ਨੂੰ ਕੋਈ ਚੁਣੌਤੀ ਆਉਂਦੀ? ਚੁਣੌਤੀ ਤਾਂ ਕਿਸੇ ਨੂੰ ਹੈ ਨਹੀਂ, ਆਮ ਆਦਮੀ ਪਾਰਟੀ ਇਹਨਾਂ ਨੇ ਪੈਰ ਨਹੀਂ ਲੱਗਣ ਦਿੱਤੇ। ਔਰ ਜਿਹੜੀ ਹੁਣ ਨਵੀਂ ਕੋਈ ਧਿਰ, ਜੇ ਆਪਾਂ ਗੱਲ ਕਰਦੇ ਹਾਂ, ਕਈ ਵਾਰ ਅਸੀਂ ਖਹਿਰੇ ਦਾ ਨਾਂ ਲੈਂਦੇ ਨਾਲ ਖਹਿਰੇ ਨੂੰ ਵੈਸੇ ਕਿ ਇਹਨਾਂ ਨੇ ਟੰਗ ਲਿਆ, ਠੀਕ ਆ, ਜਾਂ ਅਸੀਂ ਜਿਹੜੇ ਬੈਂਸ ਭਰਾਵਾਂ ਦੀ ਗੱਲ ਕਰ ਲੈਂਦੇ ਹਾਂ, ਜਾਂ ਅਸੀਂ ਬੀਰ ਦਵਿੰਦਰ ਹੋਣਾ ਦੀ ਗੱਲ ਕਰ ਲੈਂਦੇ ਹਾਂ, ਇਹ ਜਿਹੜੇ ਗੱਲਾਂ ਅਸੀਂ ਕਰਦੇ ਹਾਂ, ਮੇਰੇ ਖਿਆਲ ਦੇ ਮੁਤਾਬਕ ਇਹ ਵੀ ਸਾਡੀ ਇਸ ਰਾਜਨੀਤੀ ਦਾ ਉਸ ਤਰ੍ਹਾਂ ਨਾਲ ਸਾਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਣਾ। ਆਮ ਆਦਮੀ ਪਾਰਟੀ ਦਾ ਕੀ ਫਾਇਦਾ ਹੋਇਆ? ਬਹੁਤਾ ਫਾਇਦਾ ਨਹੀਂ ਹੋਇਆ। ਆਮ ਆਦਮੀ ਪਾਰਟੀ ਵੀ ਉਵੇਂ ਹੀ ਇੱਕ ਜਿਵੇਂ ਟ੍ਰੈਡੀਸ਼ਨਲ ਜਿਹੜੀ ਜਿਹੜੀ ਸਾਡੇ ਕੋਲ ਵਿਰਾਸਤੀ ਰਾਜਨੀਤੀ ਹੈ, ਉਸੇ ਤਰ੍ਹਾਂ ਹੀ ਉਸੇ ਸੁਭਾਅ ਵਿੱਚ ਰੰਗੀ ਗਈ ਹੈ, ਠੀਕ ਆ, ਇਹਨਾਂ ਨਾਲ ਬਿਹਤਰ ਕਰ ਰਹੇ ਆ, ਪਰ ਪੰਜਾਬ ਦੇ ਜਿਹੜਾ ਰਾਜਨੀਤਿਕ ਸੁਭਾਅ ਹੈ ਬਿਲਕੁਲ ਵੱਖਰਾ ਆ। ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਇਹਦੇ ਵਾਸਤੇ ਇੱਕ ਸਾਂਝਾ ਏਜੰਡਾ ਤਿਆਰ ਕਰਨਾ ਪਏਗਾ ਕਿਸੇ ਨੂੰ, ਔਰ ਉਹਦੇ ਲਈ ਅੱਗੇ ਆਉਣਾ ਪਏਗਾ। ਮਨਦੀਪ ਸਿੰਘ ਜੀ, ਜਿਵੇਂ ਵੋਟਾਂ ਨਜ਼ਦੀਕ ਆ ਰਹੀਆਂ ਪੰਜਾਬ ਦੇ ਵਿੱਚ, ਜਿਹੜਾ ਸੁਖਬੀਰ ਸਿੰਘ ਬਾਦਲ ਨੇ ਤਾਂ ਡਿਕਲੇਅਰ ਕਰ ਦਿੱਤੀ ਆਪਣੀ ਸ਼ੀਟ, ਉਸ ਤੋਂ ਬਾਅਦ ਜਿਹੜੀ ਸਾਨੂੰ ਵੇਖਣ ਨੂੰ ਮਿਲਦਾ ਖੇਮਕਰਨ ਹਲਕੇ ਤੋਂ ਜਿਹੜੀ ਕੈਰੋ ਅਤੇ ਵਿਰਸਾ ਸਿੰਘ ਬਲਟੋਹੇ ਦੇ ਵਿੱਚ ਕਸ਼ਮਕਸ਼ ਚੱਲ ਰਹੀ ਸੀ, ਭਾਵੇਂ ਅਕਾਲੀ ਦਲ ਨੇ ਵਿਰਸਾ ਬਲਟੋਹਾ ਸਿੰਘ ਬਲਟੋਹਾ ਨੂੰ ਉਮੀਦਵਾਰ ਐਲਾਨ ਦਿੱਤਾ ਖੇਮਕਰਨ ਤੋਂ, ਪਰ ਜੇ ਕੈਰੋ ਪ੍ਰਤਾਪ ਸਿੰਘ ਉਹਨਾਂ ਵੱਲੋਂ ਜੇ ਗੱਲ ਕੀਤੀ ਜਾਵੇ ਤਾਂ ਉਹ ਵੀ ਕਹਿੰਦੇ ਆ ਵੀ ਉੱਥੋਂ ਚੋਣ ਲੜਨੀ ਹੈ ਜੀ। ਦੇਖੋ ਗੱਲ ਇਹ ਹੈਗੀ ਆ, ਵਿਰਸਾ ਸਿੰਘ ਬਲਟੋਹਾ ਬੇਸ਼ੱਕ ਸੁਖਬੀਰ ਸਿੰਘ ਬਾਦਲ ਨੇ, ਇਹ ਤਾਂ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਵਿਰਸਾ ਸਿੰਘ ਬਲਟੋਹਾ ਦਾ, ਕਿਉਂਕਿ ਆਦੇਸ਼ ਪ੍ਰਤਾਪ ਕੈਰੋਂ ਅਤੇ ਵਿਰਸਾ ਸਿੰਘ ਬਲਟੋਹਾ ਦੇ ਵਿਚਾਲੇ ਖੇਮਕਰਨ ਦੀ ਸੀਟ ਨੂੰ ਲੈ ਕੇ ਬਿਆਨਬਾਜ਼ੀ ਸ਼ੁਰੂ ਹੋ ਗਈ ਸੀ ਜੀ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਬਾਦਲ ਪਰਿਵਾਰ ਦੇ ਦਮਾਦ ਨੇ, ਉਹਨਾਂ ਨੇ ਪਹਿਲਾਂ ਹੀ ਇਹ ਦਾਅਵੇਦਾਰੀ ਠੋਕ ਦਿੱਤੀ ਸੀ ਕਿ ਉਹਨਾਂ ਦੇ ਸ਼੍ਰੀਮਤੀ ਜੀ ਜਿਹੜੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਬੇਟੀ ਨੇ ਅਤੇ ਸੁਖਬੀਰ ਸਿੰਘ ਬਾਦਲ ਦੀ ਭੈਣ ਨੇ, ਵੱਡੇ ਭੈਣ ਜੀ ਨੇ, ਉਹਨਾਂ ਦਾ ਉਹਨਾਂ ਨੇ ਪਹਿਲਾਂ ਹੀ ਐਲਾਨ ਕਰਤਾ ਆਦੇਸ਼ ਪ੍ਰਤਾਪ ਕੈਰੋਂ ਨੇ ਕਿ ਸਾਡੇ ਪਰਿਵਾਰ ਦੇ ਵਿੱਚੋਂ ਉੱਥੋਂ ਚੋਣ ਲੜਨਗੇ ਖੇਮਕਰਨ ਤੋਂ। ਲੇਕਿਨ ਜਦੋਂ ਉਹਦਾ ਜਵਾਬ ਦੇ ਉਭਾਰ ਵਿੱਚ ਵਿਰਸਾ ਸਿੰਘ ਬਲਟੋਹਾ ਨੇ ਉਹਦੀ ਮੁਖਾਲਫਤ ਕੀਤੀ ਔਰ ਤਕਰਾਰ ਤੇਜ਼ ਹੋ ਗਿਆ, ਤਾਂ ਉਸ ਤਕਰਾਰ ਨੂੰ ਰੋਕਣ ਵਾਸਤੇ ਪ੍ਰਕਾਸ਼ ਸਿੰਘ ਬਾਦਲ ਨੇ ਜਾ ਕੇ ਇੱਕ ਵੱਡੀ ਜਿਹੜੀ ਰੈਲੀ ਕਰਕੇ, ਜਿਹੜੀ ਕਿ ਉਹਨਾਂ ਦੀ ਰੈਲੀਆਂ ਚੱਲ ਰਹੀਆਂ ਪੰਜਾਬ ਜਵਾਬ ਮੰਗਦਾ ਜਾਂ ਜੋ ਵੀ ਹੈ, ਉਸ ਰੈਲੀ ਦੇ ਵਿੱਚ ਉਹਨਾਂ ਨੇ ਬਕਾਇਦਾ ਵਿਰਸਾ ਸਿੰਘ ਬਲਟੋਹਾ ਦਾ ਦੀ ਬਾਂਹ ਫੜ ਕੇ ਉਹਨਾਂ ਨੇ ਬਾਂਹ ਉੱਚੀ ਕਰਕੇ ਕਿਹਾ ਸੀ ਕਿ ਇੱਥੋਂ ਖੇਮਕਰਨ ਤੋਂ ਸਾਡੇ ਜਿਹੜੇ ਉਮੀਦਵਾਰ ਨੇ ਪਾਰਟੀ ਦੇ ਉਹ ਵਿਰਸਾ ਸਿੰਘ ਬਲਟੋਹਾ ਹੋਣਗੇ। ਪਰ ਇੱਥੇ ਗੱਲ ਰੁਕੀ ਨਹੀਂ, ਉਸ ਤੋਂ ਬਾਅਦ ਤੁਸੀਂ ਵੇਖਿਆ ਸਾਰੇ ਅਖਬਾਰਾਂ ਵਿੱਚ ਖਬਰਾਂ ਛਪੀਆਂ ਹੋਈਆਂ ਕਿ ਆਦੇਸ਼ ਪ੍ਰਤਾਪ ਕੈਰੋਂ ਨੇ ਇੱਕ ਵਾਰ ਫਿਰ ਇਹ ਗੱਲ ਕਹੀ ਹੈ ਕਿ ਉੱਥੋਂ ਚੋਣ ਸਾਡੇ ਪਰਿਵਾਰ ਦੇ ਵਿੱਚੋਂ ਹੀ ਲੜੀ ਜਾਏਗੀ। ਯਾਨੀ ਕਿ ਇਹਦਾ ਮਤਲਬ ਇਹ ਆ ਵੀ ਇੱਕ ਪਾਸੇ ਪਾਰਟੀ ਆ, ਇੱਕ ਪਾਸੇ ਪਰਿਵਾਰ ਆ, ਜੇ ਪਰਿਵਾਰ ਦੇ ਵਿੱਚ ਜੇ ਆਦੇਸ਼ ਪ੍ਰਤਾਪ ਕੈਰੋਂ ਬਾਗੀ ਹੋ ਜਾਂਦੇ ਆ ਤਾਂ ਆਮ ਇਹਨਾਂ ਲਈ ਅਕਾਲੀਆਂ ਲਈ ਇੱਕ ਵਾਰ ਫਿਰ ਜਿਹੜਾ ਹੈਗਾ ਇਹ ਮਸਲਾ ਖੜਾ ਹੋ ਜਾਣਾ ਆ। ਇਹਨੂੰ ਕਿਵੇਂ ਚੁੱਪ ਕਰਾਉਣਗੇ ਆਦੇਸ਼ ਪ੍ਰਤਾਪ ਕੈਰੋਂ ਨੂੰ? ਇਹ ਹੁਣ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਦੇਖਣਾ, ਉਹਦੇ ਪਰਿਵਾਰ ਨੇ ਦੇਖਣਾ ਅਤੇ ਸੁਖਬੀਰ ਸਿੰਘ ਬਾਦਲ ਦੇ ਭੈਣ ਜੀ ਨੇ ਦੇਖਣਾ ਹੈ ਕਿ ਸਾਨੂੰ ਪਿੱਛੇ ਹਟ ਜਾਣਾ ਚਾਹੀਦਾ ਹੈ, ਪਾਰਟੀ ਬਚਾਉਣੀ ਚਾਹੀਦੀ ਹੈ ਕਿ ਸਾਨੂੰ ਮਤਲਬ ਕਿ ਬਾਗੀ ਹੋਣਾ ਚਾਹੀਦਾ ਹੈ। ਕਿਉਂਕਿ ਪਹਿਲਾਂ ਹੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ ਪਈ ਹੈ, ਅਕਾਲੀ ਦਲ ਦੀ ਅਸਲ ਹਾਲਤ ਬਹੁਤ ਹੀ ਚੰਗੀ ਨਹੀਂ ਹੈਗੀ, ਪਰ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨਾਂ 'ਚ ਗੇਨ ਵੀ ਕੀਤਾ। ਮੈਂ ਇਹ ਵੀ ਨਾਲ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਜਿਹੜੀ ਸਾਨੂੰ ਇਹ ਨਜ਼ਰ ਆ ਰਿਹਾ ਸੀ ਨਾ ਵੀ ਅਕਾਲੀ ਦਲ ਦੀ ਹਾਲਤ ਜਿਹੜੀ ਕੁਝ ਦਿਨ ਪਹਿਲਾਂ ਸੀ, ਜੇ ਅਸੀਂ 4-5-6 ਮਹੀਨੇ ਪਹਿਲਾਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੀ ਜਿਹੜੀ ਹਾਲਤ ਸਾਨੂੰ ਲੱਗਦੀ ਸੀ ਉਹਦੇ ਵਿੱਚੋਂ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਥੋੜ੍ਹਾ ਜਿਹਾ ਅਕਾਲੀ ਦਲ ਨੂੰ ਉੱਪਰ ਲੈ ਕੇ ਆਏ ਆ। ਪਰ ਜਿਹੜੀ ਇੱਕ ਨਵਾਂ ਸੰਕਟ ਜਿਹੜਾ ਖੜਾ ਹੋ ਗਿਆ ਆ, ਇਹ ਸੰਕਟ ਸਿਰਫ ਖੇਮਕਰਨ ਤੱਕ ਸੀਮਤ ਨਹੀਂ ਰਹਿਣਾ, ਜੇ ਸੰਕਟ ਅੱਗੇ ਜਾ ਕੇ ਵੱਧਦਾ ਤਾਂ ਇਹ ਪੂਰੀ ਪਾਰਟੀ ਨੂੰ ਸੰਕਟ 'ਚ ਪਾਏਗਾ।
सो एक पासे वो लगातार जिहड़ा हैगा पूरे पंजाब दे विच रैलियां कर रहे सुखबीर सिंह बादल ते उन्हां दे जिहड़े सहयोगी जिहड़े सीनियर लीडर हैगे ने ते दूजे पासे आदेश प्रताप कैरो ने एक नवां संकट खड़ा कर दिता आ और ये हुण जदों लीडरशिप इन्हां दी बैठेगी रल मिल के कुछ उह गल्लां होणगीआं मैनूं इह वी लगदा है कि सुखबीर सिंह बादल ने यह कहना है कि मेरे परिवार का मामला है मैं अपने आप इहदे नाल नजिठांगा जी। प्रकाश सिंह बादल इस वेले बिरध हो चुके आ, उह घर च मतलब एक तरह नाल पए आ, कोरोना काल आ, उह बाहर नहीं आ रहे, इह किवें इस गल नूं नबेड़दे आ, इहदे लई लोकां ने बकायदा तौर ते नज़रां रखियां होईआं अकाली दल दे विच और बादल दे परिवार च वी नज़रां हैगीआं और की किस तरह की गल आउंदी है सामने, ਇਹ ਦੇਖਣ ਵਾਲੀ ਹੈ। ਦਿਲਚਸਪ ਗੱਲ ਵੀ ਹੈਗੀ ਹੈ ਪੰਜਾਬ ਦੀ ਰਾਜਨੀਤੀ ਲਈ ਜੀ। ਮਦਨਦੀਪ ਸਿੰਘ ਜੀ, ਚੋਣਾਂ ਨਜ਼ਦੀਕ ਆ ਰਹੀਆਂ, ਜੇ ਦੇਖਿਆ ਜਾਵੇ ਤਾਂ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਿਹੜੀ ਪੜਤਾਲ ਮੁਕੰਮਲ ਕਰ ਲਈ ਗਈ ਹੈ ਇਹ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਬਾਦ ਸਾਹਿਬ, ਕੀ ਹਾਲ ਚਾਲ ਹੈ? ਮੈਂ ਮਨਜੀਤ ਸਿੰਘ ਚੀਮਾ ਬੋਲਦਾ। ਸਤਿ ਸ਼੍ਰੀ ਅਕਾਲ ਮਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਇਹ ਤਾਂ ਮਾਰੇ ਤੁਸੀਂ ਜਿਹੜੇ ਮਦਨਦੀਪ ਸਿੰਘ ਜੀ ਜਿਹੜੀ ਗੱਲ ਕੀਤੀ ਆ ਵੀ ਉਹ ਪਾਰਟੀ ਆ ਪਰ ਅਸਲ ਚ ਪ੍ਰੋਬਲਮ ਅਸੀਂ ਸਮਝਦੇ ਆ ਸਾਡਾ ਜਿਹੜਾ ਉੱਥੇ ਦਾ ਢਾਂਚਾ ਹੀ ਖਰਾਬ ਹੋਇਆ ਸਾਡਾ ਜੀ। ਇਹ ਢਾਂਚੇ ਚਾਹੇ ਬਾਦਲ ਆ ਜਾਵੇ ਚਾਹੇ ਕਾਂਗਰਸ ਆ ਜਾਵੇ, ਜਿੰਨਾ ਚਿਰ ਅਸੀਂ ਢਾਂਚਾ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਫ੍ਰੀ ਤੇ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ ਨੰਬਰ ਇੱਕ। ਉਸ ਤੋਂ ਬਾਅਦ ਸਾਡੀ ਜਿਹੜੀ ਐਜੂਕੇਸ਼ਨ ਤੇ ਜਿਹੜੀ ਹੈਲਥ ਆ ਹੋਵੇ। ਤੀਸਰੀ ਗੱਲ ਸਾਡੇ ਵੱਡੀ ਕਰਪਸ਼ਨ ਜਿਹੜੀ ਹੈ ਨਾ, ਕਿਉਂਕਿ ਇੱਥੇ ਸਾਡੇ ਬਾਹਰ ਵੀ ਦੇਖ ਲਓ ਕੋਈ ਵੀ ਬੰਦਾ ਇੱਥੇ ਜਾ ਖੜਦਾ ਉਹ ਸੇਵਾ ਉਹ ਕਹਿੰਦਾ ਮੈਂ ਆਹ ਸਵਾਰਨਾ ਆ, ਪਰ ਉੱਥੇ ਜਿਹੜਾ ਬੰਦਾ ਬਣਦਾ ਉਹ ਕਹਿੰਦਾ ਮੈਂ ਆਪਣਾ ਘਰ ਚ ਤਾਂ ਸਵਾਰਨਾ ਹੈ। ਇਹ ਚਾਹੇ ਅਸੀਂ ਜਿਹੜਾ ਬਾਜੀ ਆ ਜਾਵੇ ਆਪਣੇ ਇੱਥੇ ਆਹ ਹਾਲ ਜਿੰਨਾ ਚਿਰ ਸਾਡੇ ਇੱਥੋਂ ਮੋਹਰਿਓ ਅਸੀਂ ਕਿਸੇ ਦੇ ਨਾਲ ਕੇ ਪਾਸੇ ਲੱਗਦੇ ਨਹੀਂ। ਮੇਰਾ ਖਿਆਲ ਤਾਂ ਜਿਹਨੂੰ ਮਰਜ਼ੀ ਲੈ ਆਓ ਸਾਡਾ ਨਹੀਂ ਕੁਛ ਵੀ ਬਣਨਾ ਜੀ। ਜਿਹੜੀ ਹੁਣ ਦੇਖੋ ਹੁਣ ਇੱਥੇ ਕਿਸਾਨੀ ਮੂਵਮੈਂਟ ਚ ਜਿਹੜੀ ਆਸ ਹੈ ਜਿਹੜੇ ਹਿਸਾਬ ਨਾਲ ਹੁਣ ਲੱਗ ਪਏ ਦੇਖੋ ਲੱਖਾ ਸੁਧਾਣਾ ਦੀਪ ਦੇ ਨਾਂ ਤੇ ਆ ਜਿਹੜੇ ਹੁਣ ਬੰਦੇ ਆ ਢੈ ਪਾਲੀ ਜਾਂ ਮੱਖੂ ਹੋਣੀ ਆ, ਇਹ ਦੇਖੋ ਕਿੱਦਾਂ ਦੀਆਂ ਗੱਲ ਇਹ ਹੁਣ ਉੱਧਰੇ ਕਿਸਮ ਦੀ ਫੋਰਸ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਮੈਂ ਕਹਿੰਦਾ ਦੇਖੋ ਲੱਖਾਂ ਤੋਂ ਬਾਅਦ ਲੱਖ ਹੋਵੇ ਜਿਹੜਾ ਬੰਦਾ ਦਾ ਕ੍ਰਿਮੀਨਲ ਰੈਕੋਰਡ ਆ, ਤੁਸੀਂ ਮੈਨੂੰ ਦੱਸੋ ਵੱਡਾ ਹਾਈ ਲੈਵਲ ਇਸ ਨਾ ਕੋਈ ਛੋਟੀ ਮੋਟੀ, ਉਹ ਬੰਦਾ ਸਾਡਾ ਕੀ ਸਵਾਰ ਦਊਗਾ ਜਾਂ ਉਹਨੂੰ ਫੋਲੋ ਕੇ ਲੋਕ ਉਹ ਹੀ ਕਰਨਗੇ। ਫਿਰ ਤੁਹਾਡਾ ਜਾਂ ਤਾਂ ਇੱਕ ਪਾਸੇ ਤੁਸੀਂ ਇਹ ਰੱਖੋ ਬਈ ਜਿੱਦਾਂ ਅੱਗੇ ਜੇ ਪੈਸੇ ਵਾਲੇ ਜਾਂ ਗੁੰਡੇ ਆਉਂਦੇ ਆ ਇੱਦਾਂ ਹੀ ਫੇਕ ਆਹ ਆਉਣਗੇ, ਇਹ ਇਹ ਚੀਜ਼ ਕੁਝ ਵੀ ਨੀ ਕਰਨਗੇ ਜੀ। ਦੇਖੋ ਦੂਸਰੀ ਗੱਲ ਜਿਹੜੀ ਆ ਸਾਡੀ ਜਿਹੜਾ ਪਿੰਡਾਂ ਚੋਂ ਪੜ੍ਹੇ ਲਿਖੇ ਉਸ ਤੋਂ ਸਾਰੇ ਉਹਨਾਂ ਦੀ ਬਾਹਰ ਆਈ ਜਾਂਦੇ ਆ। ਹੁਣ ਆਪਣੇ ਸਾਰੇ ਸੰਸਾਰ ਚ ਦੇਖੋ ਅਮਰੀਕਾ ਕੈਨੇਡਾ ਇੰਗਲੈਂਡ ਦਿਮਾਗੀ ਆ ਕੇ ਪੋਲੀਟੀਸ਼ੀਅਨ ਇੱਥੇ ਸਾਰੇ ਇਨਵੋਲਵ ਆ ਜੀ। ਉੱਥੇ ਪਿੰਡਾਂ ਚ ਰਹਿ ਗਈ ਆ ਤੂੜੀ ਸਾਰੀ ਹੁਣ ਜੀ, ਉਹਨਾਂ ਦੀ ਸੋਚੀ ਹੈ ਨੀ ਉਹਨਾਂ ਦੀ, ਕਿਉਂਕਿ ਤੁਸੀਂ ਬਿਲੀਵ ਕਰਿਓ ਮਦਨਦੀਪ ਸਿੰਘ ਜੀ ਜਿਹੜੇ ਵਿਸ਼ੇ ਰਹਿ ਗਏ ਉਸ ਤੇ ਗੱਲਬਾਤ ਕਰਾਂਗੇ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।